ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ, ਪੂਰੀ ਉਮਰ ਜਿਨ੍ਹਾਂ ਨੂੰ ਸਭ ਲੋਕਾਂ ਨੇ ਅੱਖਾਂ ਦੇ ਉੱਤੇ ਬਿਠਾਇਆ, ਪਰ ਕਰੋਨਾ ਵਰਗੇ ਵਾਇਰਸ ਨੇ ਐਕੀ ਕਰ ਦਿੱਤਾ, ਉਹਨਾਂ ਦੇ ਸ਼ਵਾਸ ਰੋਕ ਦਿੱਤੇ। ਇਹੀ ਨਹੀਂ, ਸ਼ਵਾਸ ਰੋਕਣ ਤੋਂ ਬਾਅਦ ਵੀ ਜੋ ਕੁਝ ਹੋਇਆ ਉਹ ਘੱਟ ਸ਼ਰਮਨਾਕ ਨਹੀਂ ਹੈ, ਕਿਉਂਕਿ ਉਹਨਾਂ ਦੇ ਸੰਸਕਾਰ ਵਾਸਤੇ ਵੈਰਕਾ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਲਈ ਥਾਂ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਆਖਿਰਕਾਰ ਇਹ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਨਹੀਂ ਕੀਤਾ ਜਾਏਗਾ, ਕਿਉਂਕਿ ਲੋਕ ਵਿਰੋਧ ਕਰ ਰਹੇ ਸਨ। ਆਖਿਰਕਾਰ ਉਹਨਾਂ ਦਾ ਅੰਤਿਮ ਸੰਸਕਾਰ ਕਿਸੇ ਦੂਰਲੇ ਪਿੰਡ ਦੇ ਵਿੱਚ ਜਾ ਕੇ ਕਰ ਦਿੱਤਾ ਗਿਆ। ਪਰ ਇੱਕ ਵੱਡਾ ਸਵਾਲ, SGPC ਨੇ ਇਸ ਤੋਂ ਪਹਿਲਾਂ ਇਹ ਕਿਹਾ ਸੀ ਕਿ ਉਹ ਆਪਣੀ ਥਾਂ 'ਤੇ ਦਿੰਦੇ ਨੇ, ਕਿਉਂਕਿ ਉਹਨਾਂ ਨੇ ਇਸ ਗੱਲ ਦੀ ਵੀ ਕੜੀ ਨਿੰਦਾ ਕੀਤੀ ਸੀ। ਪਰ ਘੱਟੋ ਘੱਟ ਸਾਨੂੰ ਇਸ ਗੱਲ ਤੋਂ ਸਿੱਖ ਲੈਣ ਦੀ ਜ਼ਰੂਰਤ ਹੈ ਕਿ ਅਸੀਂ ਸਾਰੇ ਆਪਣੇ ਆਪਣੇ ਘਰਾਂ 'ਚ ਰਹੀਏ, ਕਿਉਂਕਿ ਮਰਨ ਤੋਂ ਬਾਅਦ ਵੀ ਜੋ ਹਾਲ ਹੋ ਰਿਹਾ ਹੈ ਉਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਰੋਨਾ ਦਾ ਖੌਫ ਪੂਰੀ ਦੁਨੀਆ 'ਤੇ ਕਿਸ ਤਰੀਕੇ ਦਾ। ਇਸ ਲਈ ਇਸ ਘਟਨਾ ਨੂੰ ਸਬਕ ਦੇ ਤੌਰ 'ਤੇ ਲੈਣਾ ਚਾਹੀਦਾ। ਜੋ ਲੋਕ ਕਰੋਨਾ ਦਾ ਮਜ਼ਾਕ ਬਣਾ ਰਹੇ ਨੇ ਉਹ ਘੱਟੋ ਘੱਟ ਇਸ ਖਬਰ ਤੋਂ ਸਿੱਖ ਲੈ ਲੈਣ। ਦੈਨਿਕ ਮੇਲ ਪੰਜਾਬੀ TV ਦੇ ਲਈ ਅੰਮ੍ਰਿਤਸਰ ਤੋਂ ਸੋਨੂੰ ਸੋਢੀ ਦੀ ਰਿਪੋਰਟ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਅੱਜ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਔਰ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦਾ, ਜਿਨ੍ਹਾਂ ਦਾ ਅਕਾਲ ਚਲਾਣਾ ਕਰ ਗਏ ਨੇ, ਸੋ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਸੀ ਔਰ ਜੋ ਜਦੋਂ ਉੱਥੇ ਵੇਰਕਾ ਵਿਖੇ ਕਰਨ ਲੱਗੇ, ਇਹ ਕਾਂਗਰਸੀ ਕੌਂਸਲਰ ਨੇ ਜਿਹੜਾ ਸੀ ਉੱਥੇ ਰੋਕ ਦਿੱਤਾ। ਇਹ ਬਹੁਤ ਵੱਡੀ ਦੁੱਖ ਦੀ ਗੱਲ ਹੈ, ਕਿਉਂਕਿ ਐਸੇ ਮਹਾਨ ਰਾਗੀ ਹੋਏ ਨੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਸਿੱਖ ਕੌਮ ਦੀ ਆਪਣੇ ਕੀਰਤਨ ਨਾਲ ਸੇਵਾ ਕੀਤੀ ਹੈ, ਦੇਸ਼ ਵਿਦੇਸ਼ਾਂ ਦੇ ਵਿੱਚ ਗਏ ਨੇ ਔਰ ਭਾਰਤ ਦੇ ਸਭ ਤੋਂ ਵੱਡਾ ਜਿਹੜਾ ਅਵਾਰਡ ਸੀ ਉਹਨਾਂ ਨੂੰ ਪਦਮ ਸ਼੍ਰੀ ਦਾ, ਉਹ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ। ਇਸ ਗੱਲ ਦਾ ਸਾਨੂੰ ਸਾਰੀ ਸਿੱਖ ਕੌਮ ਨੂੰ ਬਹੁਤ ਵੱਡਾ ਮਾਣ ਹੈ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹਨਾਂ ਸੰਸਕਾਰ ਕਰਨ ਤੋਂ ਰੋਕਣਾ ਇਦੋਂ ਹੋਰ ਮਾੜੀ ਗੱਲ, ਅਫਸੋਸਨਾਕ ਗੱਲ ਹੋ ਨਹੀਂ ਸਕਦੀ। ਇਹਦੇ ਨਾਲ ਸਾਰੇ ਹੀ ਸਿੱਖਾਂ ਦਾ ਜਿਹੜਾ ਹੈ ਇਹ ਸਿਰ ਨੀਵਾਂ ਹੋਇਆ ਇਸ ਗੱਲ ਕਰਕੇ। ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਹੈ, ਉਹਨਾਂ ਨੂੰ ਆਫਰ ਕੀਤਾ ਕਿ ਇਸ ਭਾਈ ਨਿਰਮਲ ਸਿੰਘ ਜਿਹੜੇ ਪ੍ਰਸਿੱਧ ਵਿਦਵਾਨ ਕੀਰਤਨੀ ਨੇ ਔਰ ਉਹਨਾਂ ਦਾ ਸੰਸਕਾਰ ਗੁਰਦੁਆਰਾ ਸਤਰਾਣੀ ਸਾਹਿਬ ਸਾਡੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਜ਼ਮੀਨ ਹੈ ਉਹਦੇ ਵਿੱਚ ਕੀਤਾ ਜਾਵੇ ਔਰ ਅਸੀਂ ਉਹਨਾਂ ਦੀ ਯਾਦਗਾਰ ਵੀ ਮਨਾਵਾਂਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸੇ ਮਹਾਨ ਵਿਦਵਾਨ ਰਾਗੀ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ, ਕਿੰਨੇ ਹੋਰ ਨਵੇਂ ਰਾਗੀ ਪੈਦਾ ਕੀਤੇ ਨੇ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ਾਂ ਦੇ ਵਿੱਚ ਨਾਮ। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793-95956।